ਸਟੇਸ਼ਨ ਦੇਖ ਲਓ, ਬਹੁਤ ਭੀੜ ਤਾਂ ਹੁੰਦੀ ਇੱਥੇ ਵੀ, ਪਰ ਬੰਬਈ ਵਗਰੀ ਭੀੜ ਨਹੀਂ ਇੱਥੇ ਵੀ। ਸੋ ਹੁਣ ਆਪਾਂ ਚੱਲਦੇ ਪਏ ਹਾਂ ਆਪਣੇ ਕੋਚ ਵੱਲ, ਸਾਡਾ ਕੋਚ ਆ ਚੁੱਕਾ ਹੈ ਔਰ ਸਰਵਨ ਮੇਲ ਵਿੱਚ ਅਸੀਂ ਜਾ ਰਹੇ ਹਾਂ। ਠੀਕ ਹੈ ਜੀ, ਐਸ2 ਵਿੱਚ ਸਾਡੀ ਸੀਟ ਵਾ, ਉਸਲਾ ਸਾਹਿਬ ਆ ਗਈ ਹੈ, ਤੁਹਾਡਾ ਮੰਦਰ ਰੱਖੀ ਜੇ ਮੇਲ ਗੱਡੀ। ਠੀਕ ਹੈ ਜੀ, ਇਸ ਉੱਤੇ ਜਾਵਾਂਗੇ। ਗੱਡੀ ਵਿੱਚ ਬੈਠ ਚੁੱਕੇ ਹਾਂ, ਟ੍ਰੇਨ ਦੇ ਵਿੱਚ 55 ਨੰਬਰ ਸਾਡੀ ਸੀਟ ਵਾ, ਤੁਸੀਂ ਦੇਖੋਗੇ। ਮੈਂ ਫਿਰ ਆਪਣੇ ਮੇਰੇ ਨਾਲ ਭਾਈ ਸਾਹਿਬ ਵੱਡੇ ਜਾ ਰਹੇ ਨੇ ਮੁੰਬਈ ਲਈ, ਤੋਂ ਮੈਂ ਇਹਨਾਂ ਦਾ ਵੀ ਧੰਨਵਾਦ ਹੀ ਹਾਂ, ਖਾਸ ਕਰਕੇ ਪ੍ਰੇਮ ਚੁੰਬਰ ਸਾਹਿਬ ਜੀ ਅਤੇ ਦੁਆਬਾ ਚੀਫ ਐਡੀਟਰ ਸਾਹਿਬ, ਜੋ ਕਿ ਮੈਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦੇ ਰਹੇ, ਮੈਨੂੰ ਬਹੁਤ ਧੰਨਵਾਦ ਆ। ਇਹ ਜਿਹੜੀ ਮੈਮਰੀ ਮੈਂ ਤੁਹਾਨੂੰ 3 June ਤੋਂ ਬਾਅਦ ਰੀਸੈਂਟਲੀ ਅਪਲੋਡ ਕਰਾਂਗੇ। ਅੰਮ੍ਰਿਤਸਰ ਤੋਂ ਮੁੰਬਈ ਤੱਕ ਦਾ ਸਫ਼ਰ, ਰੇਲਵੇ ਸਟੇਸ਼ਨ ਦੀ ਯਾਦਗਾਰ, ਤੁਹਾਡੀਆਂ ਆਪਣੀਆਂ ਬਹੁਤ ਸਾਰੀਆਂ ਯਾਦਾਂ ਹੋਣਗੀਆਂ ਅੰਮ੍ਰਿਤਸਰ ਤੋਂ ਮੁੰਬਈ ਤੱਕ। ਸੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਸਰੋਤਿਆਂ ਲਈ ਇਹ ਵੀਡੀਓ ਅਸੀਂ ਤਿਆਰ ਕਰ ਰਹੇ ਹਾਂ। ਸੋ ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ ਕਰਨਾ ਨਾ ਭੁੱਲਣਾ, ਔਰ ਨਵੇਂ ਜੋ ਸਾਡੇ ਚੈਨਲ 'ਤੇ ਹੋਣ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਸਕਦੇ। ਅੰਮ੍ਰਿਤਸਰ ਤੋਂ ਜਲਦੀ ਹੋਈ ਟ੍ਰੇਨ ਜਲੰਧਰ ਦੇ ਰਸਤੇ ਦਿੱਲੀ ਤੱਕ
ਨਿਜ਼ਾਮੂਦੀਨ ਪਹੁੰਚੇਗੀ। ਸੋ ਸਫ਼ਰ ਆਰੰਭ ਹੋ ਚੁੱਕਾ ਹੈ, ਮੇਰੀਆਂ ਬਹੁਤ ਸਾਰੀਆਂ ਯਾਦਾਂ ਬੰਦ ਗਈਆਂ ਸਫ਼ਰ ਵਿੱਚ, ਔਰ ਸਰੋਤਿਆਂ ਦੀਆਂ ਯਾਦਾਂ ਤਾਜ਼ੀ ਹੋਣਗੀਆਂ ਇਸ ਸਫ਼ਰ ਵਿੱਚ, ਉਮੀਦ ਆ ਇਸ ਵੀਡੀਓ 'ਚ। ਔਰ ਇਹਦੇ ਵਿੱਚ ਜ਼ਿਆਦਾ ਮੈਂ ਆਵਾਜ਼ ਕੋਈ ਡਬਿੰਗ ਨਹੀਂ ਕਰਾਂਗਾ, ਓਰੀਜਨਲ ਜੋ ਸਾਊਂਡ ਹੋਏਗਾ ਟ੍ਰੇਨ ਦਾ ਉਹ ਦਿਖਾਵਾਂਗਾ ਤੁਹਾਨੂੰ। ਤੁਸੀਂ ਬਿਆਸ ਦਾ ਸਟੇਸ਼ਨ ਦੇਖ ਰਹੇ ਹੋ, ਬਿਆਸ ਦੇਣਾ ਜਿਹੜਾ ਮੈਂ ਚਾਹੀਦਾ। ਲੁਧਿਆਣਾ ਵਿੱਚ ਆ ਚੁੱਕੀ ਗੱਡੀ, ਇਹ ਗੱਡੀ ਤੋਂ ਲੁਧਿਆਣੇ ਆ ਚੁੱਕੀ, ਅੰਮ੍ਰਿਤਸਰ ਤੋਂ ਚੱਲਦੇ ਚੱਲਦੇ ਦਿੱਲੀ ਵਿੱਚ ਦੇਖੀ ਲੁਧਿਆਣਾ ਸਟੇਸ਼ਨ। ਸੋ ਵੀਡੀਓ ਬਾਈ ਜੀ ਤੁਹਾਨੂੰ ਦਿਖਾਊਂਗਾ ਲੁਧਿਆਣੇ ਦੀ ਵੀਡੀਓ, ਥੋੜ੍ਹਾ ਸਾਹਿਬ ਲੁਧਿਆਣਾ ਸਟੇਸ਼ਨ ਨਰਸੀ ਗੋਲਡਨ ਟੈਂਪਲ ਜਿਹੜਾ ਨੰਬਰ 12-4, ਇਸ ਵਿੱਚ ਸਫ਼ਰ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਮੁੰਬਈ ਤੱਕ। ਪਾਣੀ ਦੀ ਬੋਤਲ ਲੈਣ ਵਾਸਤੇ ਰੁਕਾਂਗੇ ਇੱਥੇ। ਭਾਜੀ ਇੱਕ ਪਾਣੀ ਦੀ ਬੋਤਲ ਦੇ ਦਿਓ, ਪਾਣੀ ਦੀ ਬੋਤਲ ਦੇ ਦਿਓ। ਦੇਸ਼ ਬਾਬਾ ਨਾਲ ਜੁੜੇ ਹੋਏ ਹਜ਼ਾਰਾਂ ਲੋਕ ਜੋ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਨੇ,
ਉਸ ਵੀਡੀਓ ਨੂੰ ਜ਼ਰੂਰ ਸ਼ੇਅਰ ਲਾਈਕ ਕਰਨਗੇ, ਆਪਣੀਆਂ ਯਾਦਾਂ ਜੋ ਲੁਧਿਆਣੇ ਦਾ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਨਗੇ ਸਾਡੇ ਚੈਨਲ ਦੇ ਦੁਆਬਾ ਦੇ ਮਾਧਿਅਮ। ਔਰ ਮੈਂ ਆਪਣੇ ਦੇ ਦੁਆਬਾ ਐਡੀਟਰ ਸਾਹਿਬ ਚੁੰਬਰ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੋ ਮੈਨੂੰ ਇਸ ਲੰਬੀ ਯਾਤਰਾ ਦੀ ਦੂਰੀ 'ਤੇ ਲੈ ਕੇ ਉਹਨਾਂ ਨੇ ਪ੍ਰਦਾਨ ਕੀਤੀ ਸੇਵਾ, ਮੈਂ ਧੰਨਵਾਦ ਕਰਦਾ ਦੇ ਦੁਆਬਾ ਅਦਾਰਾ ਜੀ ਦੇ ਐਡੀਟਰ ਸਾਹਿਬ ਦੇ। ਦੁਆਬਾ ਦੇ ਮਾਧਿਅਮ ਤੋਂ ਤੁਸੀਂ ਤੁਹਾਡੀਆਂ ਯਾਦਾਂ ਬਹੁਤ ਸਾਰੀਆਂ ਭਾਰਤ ਨਾਲ ਜੁੜੀਆਂ ਹੋਈਆਂ, ਅਤੇ ਮੈਂ ਅੰਮ੍ਰਿਤਸਰ ਤੋਂ ਚੱਲ ਕੇ ਹੁਣ ਨੇੜੇ ਪਹੁੰਚ ਚੁੱਕਾ ਵਾਂ। ਔਰ ਦੇਸ਼ਾਂ ਵਿਦੇਸ਼ਾਂ 'ਚ ਵਸੇ ਸਰੋਤਿਆਂ ਦਾ ਅਸੀਂ ਧਿਆਨ ਰੱਖਦੇ ਹਾਂ, ਇਹੋ ਜਿਹੇ ਵੀਡੀਓ ਬਣਾਉਂਦੇ ਹਾਂ ਜਿਹੜੀਆਂ ਟਰੈਵਲ ਦੀਆਂ ਹੋਣ, ਅਤੇ ਟਰੈਵਲ ਸਾਰੇ ਦੇਸ਼ ਦੇ ਲੋਕ ਕਰਦੇ ਹਨ। ਅੰਮ੍ਰਿਤਸਰ ਤੋਂ ਚੱਲ ਕੇ ਹੁਣ ਨੇੜੇ ਪਹੁੰਚ ਚੁੱਕੇ ਹਾਂ, ਅਤੇ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਮੇਰੇ ਨਾਲ ਜੁੜੀਆਂ ਹੋਣਗੀਆਂ ਜੋ ਇਸ ਵੀਡੀਓ ਨੂੰ ਦੇਖਣਗੇ, ਲਾਈਕ ਕਰਨਗੇ, ਸਬਸਕ੍ਰਾਈਬ ਕਰਨਗੇ। ਮੇਰਾ ਸਟੇਸ਼ਨ ਕੁਛ ਛੋਟੇ ਛੋਟੇ ਵਾ, ਤੁਹਾਨੂੰ ਦਿਖਾ ਰਿਹਾ ਵਾ, ਬਾਕੀ ਜ਼ਿਆਦਾ ਨਹੀਂ। ਅਤੇ ਗੋਲਡਨ ਟੈਂਪਲ ਕਰ ਰਹੇ ਹਾਂ, ਦੇਖ ਸਕਦੇ ਹੋ ਸਾਰੀ ਵੀਡੀਓ। ਸਾਫ ਹੀ ਆ ਕੇ ਗੰਦ
ਫਰੀਦਾਬਾਦ ਸਟੇਸ਼ਨ ਬਣ ਸਕਦੀ। ਗਾਜ਼ੀਆਬਾਦ ਆ ਗਿਆ ਜੀ। ਚੱਲ ਕੇ ਅੰਮ੍ਰਿਤਸਰ ਤੋਂ ਜੰਮੂਦੀਨ ਪਹੁੰਚ ਚੁੱਕੀ ਹੈ ਔਰ ਤੁਸੀਂ ਇਹ ਸਾਰੀਆਂ ਤਸਵੀਰਾਂ ਜੰਮੂਦੀਨ ਜਾਂ ਦੇਖ ਰਹੇ ਹੋ ਜੰਮੂਦੀਨ ਸਟੇਸ਼ਨ ਤੋਂ ਇਹ ਸਾਰੀ ਵੀਡੀਓ ਤੁਹਾਡੇ ਲਈ ਹੈ।
ਨਿਜ਼ਾਮੂਦੀਨ ਸਟੇਸ਼ਨ ਕੋਈ ਤਸਵੀਰਾਂ ਜਾਂ ਕੋਈ ਝਲਕੀਆਂ ਦੀਆਂ ਇਹ ਸਾਰੀਆਂ ਤਸਵੀਰਾਂ ਦਿੱਲੀ ਦਾ ਸਟੇਸ਼ਨ ਨਿਜ਼ਾਮੂਦੀਨ ਦੇ ਆਸ ਪਾਸ ਦਾ ਏਰੀਆ ਹੈ, ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਵਿੱਚ।
ਆਹੋ ਤੋਰ ਟਿਕਟ ਵੀ ਨਹੀਂ ਤੂੰ ਇਹ ਚੱਕਰ ਲਾ ਲਿਆ ਪਾਣੀ ਦੀ ਕਮੀ
ਇੱਥੇ ਸੋਖਾ ਬੜਾ ਪੈਂਦਾ ਤੁਹਾਨੂੰ ਪਤਾ ਤੇ ਮਹਾਰਾਸ਼ਟਰ ਬੰਬੀ ਦੇਖੋ ਤੁਹਾਨੂੰ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀ ਨੀ ਬੰਬੀ
ਖੜੇ ਪਏ ਆ। ਰਾਜਸਥਾਨ ਵਿੱਚ ਐਂਟਰੀ ਹੋ ਚੁੱਕੀ ਹੈ। ਰਾਜਸਥਾਨ ਦੇ ਰਸਤੇ ਤੋਂ ਹੀ ਮੁੰਬਈ ਜਾਵਾਂਗੇ।
ਵੀ ਹੈ ਤੰਬਾਕੂ ਮਗਰ ਲਿਆਏ ਤੇਰੀ ਵੀਡੀਓ ਬਣਾ ਦੀ ਪੋਸਟ ਆ ਜੀ ਚਾਰ ਵਜੇ
ਪੰਜਾਬ ਵਿੱਚ ਨਹੀਂ। ਬਾਕੀ ਦੇ ਚਾਰ ਵਜੇ ਪਹੁੰਚ ਚੁੱਕੇ ਨੇ ਰੋਡ 'ਤੇ, ਕਾਫੀ ਜਿਹੜਾ ਵਾ ਇਹਦੇ ਟਾਈਮ ਜਿਹੜੇ ਲੋਕ ਮੁੰਬਈ ਆਏ ਹੋਣ ਤੁਹਾਨੂੰ ਪਤਾ ਬਹੁਤ ਜ਼ਿਆਦਾ ਪ੍ਰੋਬਲਮ ਹੈ। ਉਸ ਤੋਂ ਬਾਅਦ ਅਸੀਂ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਮੈਂਟ ਕਰੋ, ਨਵੇਂ ਆਏ ਕੋਈ ਸਾਥੀਆਂ ਨੂੰ ਸਬਸਕ੍ਰਾਈਬ ਕਰੋ। ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਰਾਂਗਾ ਕਿ ਚੈਨਲ 'ਤੇ ਆ ਕੇ ਕਮੈਂਟ ਜ਼ਰੂਰ ਕਰੋ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਮੈਂ ਅਦਾਰਾ ਦੇਸ਼ ਦੁਆਬਾ ਤੋਂ ਜਸਪਾਲ ਕੁਮਾਰ ਇੱਕ ਵਾਰ ਫਿਰ ਤੋਂ ਆਪਣੇ ਪ੍ਰੇਮ ਕੁਮਾਰ ਚੁੰਬਲ ਜੀ ਦਾ ਜੋ ਕਿ ਸਾਡੇ ਚੀਫ ਐਡੀਟਰ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਹਾਂ, ਨਾਲ ਹੀ ਆਪਣੇ ਚੈਨਲ ਦੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ।